ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ। ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖ ਕੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਸਕੂਲ ਦੀ ਅਟਲ ਟਿਕਰਿੰਗ ਲੈਬ ਵਿੱਚ ਯੂਵੀ ਫਲੋਰ ਸੈਨੇਟਾਈਜ਼ਡ ਰੋਬੋਟ ਦੀ ਖੋਜ ਕੀਤੀ ਗਈ, ਜਿਸ ਵਿੱਚ ਯੂਵੀ ਲਾਈਟਾਂ, ਸੈਂਸਰਾਂ, ਮਾਈਕਰੋ ਕੰਟਰੋਲਰ ਤੋਂ ਇਲਾਵਾ ਮੋਟਰਾਂ ਵੀ ਹਨ। ਇਸ ਰੋਬੋਟ ਦੇ ਤਹਿਤ ਯੂਵੀ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਦਾ ਮਨੁੱਖੀ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਇਹ ਰੋਬੋਟ ਆਟੋਮੈਟਿਕ ਕਮਰੇ ਦੇ ਅੰਦਰ ਜਾ ਕੇ ਫਰਸ਼ 'ਤੇ ਕੀਟਾਣੂਆਂ ਨੂੰ ਖਤਮ ਕਰੇਗਾ ਅਤੇ ਇਹ 45 ਮਿੰਟ ਤੱਕ ਚੱਲ ਸਕਦਾ ਹੈ। ਜੇਕਰ ਕੋਈ ਕੋਰੋਨਾ ਮਰੀਜ਼ ਕਮਰੇ ਦੇ ਵਿੱਚ ਹੈ ਤਾਂ ਇਹ ਰੋਬੋਟ ਉਸ ਕਮਰੇ ਵਿੱਚ ਜਾ ਕੇ ਫਰਸ਼ ਦੇ ਕੀਟਾਣੂਆਂ ਨੂੰ ਖਤਮ ਕਰੇਗਾ। ਇਹ ਜਿਹੜਾ ਇਹ ਅਲਟਰਾਵਾਇਲਟ ਰੋਬੋਟ ਹੈ ਵਿਚ ਇਜ਼ ਆਟੋਮੈਟਿਕ, ਇਹ ਸਪੈਸ਼ਲੀ ਇਸ ਕਰੋਨਾ ਦੇ ਯੁੱਗ ਵਿੱਚ ਅਤੇ ਅਦਰਵਾਈਜ਼ ਆਲਸੋ ਇਹ ਆਪਣਾ ਆਫਿਸਿਸ 'ਚ, ਹੋਸਪਿਟਲਸ 'ਚ, ਸਕੂਲਸ 'ਚ, ਕਾਲਜਸ 'ਚ, ਈਵਨ ਘਰਾਂ 'ਚ ਜਿਹੜੇ ਤੁਹਾਡੇ ਫਲੋਰ ਹੈ, ਜਿੱਦਾਂ ਅਸੀਂ ਦੇਖਦੇ ਹਾਂ ਬੱਚੇ ਫਰਸ਼ 'ਤੇ ਖੇਲਦੇ ਆ ਜਾਂ ਕੋਈ ਵੀ ਚੀਜ਼ ਅਸੀਂ ਫਰਸ਼ ਤੋਂ ਉਠਾ ਕੇ ਅਤੇ ਚਾਂਸਿਸ ਹੁੰਦੇ ਅਸੀਂ ਜਰਮਸ ਦੇ ਕੰਟੈਕਟ 'ਚ ਆ ਜਾਈਏ। ਸੋ ਇਹ ਜਿਹੜਾ ਅਲਟਰਾਵਾਇਲਟ ਰੋਬੋਟ ਸੈਨੇਟਾਈਜ਼ਰ ਹੈ ਇਹ ਆਟੋਮੈਟਿਕਲੀ ਯੂਵੀ ਰੇਜ਼ ਦੇ ਹਿਸਾਬ ਨਾਲ ਸਾਰੇ ਫਲੋਰ ਨੂੰ ਸੈਨੇਟਾਈਜ਼ ਅਤੇ ਕਲੀਨ ਕਰੇਗਾ ਅਤੇ ਇਸ ਦੀ ਅਸੀਂ ਪੇਟੈਂਟ ਲਈ ਵੀ ਅਪਲਾਈ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਹਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਰੋਬੋਟ ਹੈ ਘਰ ਘਰ ਵਿੱਚ ਪਾਇਆ ਜਾਏਗਾ ਅਤੇ ਇਹਦੀ ਅਸੀਂ ਕਮਰਸ਼ੀਅਲ ਵਾਇਬਿਲਿਟੀ ਦੇ ਲਈ ਅਸੀਂ ਇੰਡਸਟਰੀਅਲਾਈਜ਼ਿੰਗ ਵੀ ਕਰ ਰਹੇ ਹਾਂ। ਸੋ ਇਹ ਸਾਡੀ ਇਨਹਾਊਸ ਜਿਹੜੀ ਹੈ ਰਿਸਰਚ ਕਰਕੇ ਇੱਥੇ ਤਿਆਰ ਕੀਤਾ ਗਿਆ। ਸਰ ਇਹ ਡਾਕੂਮੈਂਟਸ ਤਿਆਰ ਕੀਤਾ ਗਿਆ ਸਾਡੇ ਬੱਚਿਆਂ ਅਤੇ ਸਟਾਫ ਨੇ ਮਿਲ ਕੇ ਤਿਆਰ ਕੀਤਾ, ਜੋ ਵੀ ਇੱਥੇ ਸਾਡੇ ਰਿਸਰਚ ਹੋ ਰਹੀ ਹੈ, ਪ੍ਰੋਡਕਟਸ ਹੋ ਰਹੇ ਹੈ, ਉਹ ਸਟਾਫ ਅਤੇ ਸਟੂਡੈਂਟਸ ਮਿਲ ਕੇ ਉਸ 'ਤੇ ਰਿਸਰਚ ਕਰਦੇ ਆ ਅਤੇ ਤਿਆਰ ਕਰਦੇ ਆ, ਕਿਉਂਕਿ ਕੁਛ ਚੀਜ਼ਾਂ ਬੱਚੇ ਕਰ ਸਕਦੇ ਆ, ਕੁਛ ਚੀਜ਼ ਸਟਾਫ ਕਰ ਸਕਦੇ ਆ। ਸੋ ਇਹ ਸਟਾਫ ਅਤੇ ਸਟੂਡੈਂਟਸ ਦਾ ਕੰਬਾਈਂਡ ਐਫਰਟ ਹੁੰਦਾ, ਇਕੱਠੇ ਮਿਲ ਕੇ ਸਾਰੇ ਪ੍ਰੋਜੈਕਟਸ ਤਿਆਰ ਹੁੰਦੇ ਆ। ਕੋਰੋਨਾ ਵਾਇਰਸ ਜਿਵੇਂ ਬਹੁਤ ਜ਼ਿਆਦਾ ਫੈਲ ਰਿਹਾ ਅਤੇ ਹੋਰ ਵੀ ਸਾਰੇ ਜਾਮਸ ਜਿਹੜੇ ਫਲੋਰ 'ਤੇ ਹੁੰਦੇ ਨੇ ਉਸ ਤਰੀਕੇ ਦੇ ਜਾਮਸ ਨੂੰ ਕਿਲ ਕਰਨ ਵਾਸਤੇ ਅਸੀਂ ਰੋਬੋਟ ਡਿਜ਼ਾਈਨ ਕੀਤਾ। ਇਹ ਰੋਬੋਟ ਐਕਚੁਲੀ ਰਿਜ਼ਲਟ ਹੈਗਾ ਬੱਚਿਆਂ ਦੇ ਇੱਕ ਔਨਲਾਈਨ ਸੈਸ਼ਨਸ ਜਾਂ ਉਹਨਾਂ ਦੀ ਟਿੰਕਰਿੰਗ ਦਾ ਇੱਕ ਰਿਜ਼ਲਟ ਹੈਗਾ। ਇਸ ਰੋਬੋਟ ਨੂੰ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਨੀਚੇ ਯੂਵੀ ਲਾਈਟਸ ਲੱਗੀਆਂ ਹੋਈਆਂ ਨੇ ਜਿਹੜੀਆਂ ਯੂਵੀ ਲਾਈਟਸ ਬੇਸ ਦੇ ਉੱਤੇ ਲੱਗੀਆਂ ਤਾਂ ਕਿ ਫਲੋਰ ਨੂੰ ਅਸੀਂ ਕਲੀਨ ਕਰ ਸਕੀਏ, ਤਾਂ ਕਿ ਪਲੱਸ ਯੂਵੀ ਲਾਈਟਸ ਲਾਈਟ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹਿਊਮਨ ਬਾਡੀ ਦੇ ਸਕਿਨ ਨੂੰ ਐਕਸਪੋਜ਼ ਨਾ ਕਰੇ। ਇਸ ਕਰਕੇ ਬੇਸ ਦੇ ਉੱਤੇ ਯੂਵੀ ਲਾਈਟਸ ਲਗਾ ਕੇ ਪਲੱਸ ਇਹਦੇ ਉੱਤੇ ਸੈਂਸਰ ਲੱਗੇ ਨੇ ਤਾਂ ਕਿ ਇਹ ਆਟੋਮੈਟਿਕਲੀ ਵਰਕ ਕਰੇ। ਇਹ ਰੋਬੋਟ ਹਾਈਬ੍ਰਿਡ ਹੈਗਾ, ਇਹਨੂੰ ਤੁਸੀਂ ਆਟੋਮੈਟਿਕ ਵੀ ਕੰਟਰੋਲ ਕਰ ਸਕਦੇ ਹੋ, ਮੋਬਾਈਲ 'ਤੇ ਵੀ ਥਰੂ ਵੀ ਕੰਟਰੋਲ ਕਰ ਸਕਦੇ ਹੋ। ਬੇਸਿਕਲੀ ਇਹ ਆਈਡੀਆ ਆਪਣੇ ਕਮਰਸ਼ੀਅਲ ਯੂਜ਼ ਵਾਸਤੇ ਨਹੀਂ ਹੈਗਾ, ਇਹਨੂੰ ਸਿਰਫ ਆਪਾਂ ਸੋ ਦੈਟ ਘਰਾਂ ਨੂੰ ਕਲੀਨ ਕਰ ਸਕੀਏ ਉਸ ਤਰੀਕੇ, ਜਾਂ ਹੋਸਪਿਟਲਸ ਨੂੰ ਕਲੀਨ ਕਰ ਸਕੀਏ ਆਟੋਮੈਟਿਕਲੀ। ਉਸ ਹਿਸਾਬ ਨਾਲ ਇਸ ਰੋਬੋਟ ਨੂੰ ਡਿਜ਼ਾਈਨ ਕੀਤਾ ਗਿਆ। ਇਸ ਨੂੰ ਡਿਜ਼ਾਈਨ ਕਰਨ ਲਈ ਮੇਜਰਲੀ ਤਿੰਨ ਸਟੂਡੈਂਟ, ਵੈਸੇ ਤਾਂ ਸਾਰੇ ਸਟੂਡੈਂਟ ਦੀ ਪਾਰਟੀਸਪੇਸ਼ਨ ਹੈਗੀ ਆ, ਆਈਡੀਏਸ਼ਨ ਜਿਹੜੀ ਆਈਡੀਆਸ ਹੁੰਦੇ ਆ ਸਾਰੇ ਸਟੂਡੈਂਟਸ ਤੋਂ ਆਉਂਦੇ ਆ। ਮੇਜਰਲੀ ਤਿੰਨ ਸਟੂਡੈਂਟ ਨੇ ਪਾਰਟੀਸਪੇਟ ਕੀਤਾ, ਹਿਮਾਂਸ਼ੂ ਗੁਪਤਾ, ਕੇਸ਼ਵ ਮੁੰਗਾ ਐਂਡ ਵੈਭਵ ਟੰਡਨ। ਇਸ ਬੱਚਿਆਂ ਨੇ ਇਸ ਨੂੰ ਡਿਜ਼ਾਈਨ ਨੂੰ ਵਰਟੀਕਲੀ ਤੋਂ ਇਹਨੂੰ ਹੋਰੀਜੋਂਟਲੀ ਲੈ ਕੇ ਆਇਆ, ਬੇਸ ਫਲੋਰ ਤੋਂ ਲੈ ਕੇ ਆਇਆ। ਇਸ ਪੂਰੇ ਪ੍ਰੋਸੈਸ ਨੂੰ, ਪੂਰੇ ਕੰਪਲੀਟ ਪ੍ਰੋਸੈਸ ਨੂੰ 68 ਡੇਜ਼ ਲੱਗੇ ਨੇ ਡਿਵੈਲਪ ਕਰਨ ਵਾਸਤੇ, ਜਿਹਦੇ ਵਿੱਚ 40 ਡੇਜ਼ ਸਿਰਫ ਅਸੀਂ ਰਿਸਰਚ ਕੀਤੀ ਹੈ, ਉਸ ਤੋਂ ਬਾਅਦ 28 ਡੇਜ਼ ਦੇ ਵਿੱਚ ਪ੍ਰੋਟੋਟਾਈਪ ਡਿਵੈਲਪ ਕੀਤਾ। ਚੀਜ਼ ਨੂੰ ਕੋਈ ਵੀ ਆਟੋਮੈਟਿਕ ਜਦੋਂ ਆਪਾਂ ਚੀਜ਼ ਬਣਾਉਂਦੇ ਹਾਂ ਉਹਦੇ ਵਿੱਚ ਬੈਟਰੀ ਜ਼ਰੂਰੀ ਹੁੰਦੀ ਹੈ। ਸਰ ਇਹਦਾ ਜਿਹੜਾ ਬੈਟਰੀ ਬੈਕਅਪ ਹੈਗਾ 45 ਮਿੰਟਸ ਦਾ ਬੈਟਰੀ ਬੈਕਅਪ ਹੈਗਾ। ਇਹ ਕਿਸੇ ਵੀ ਇੱਕ 12x13 ਡਿਮੈਂਸ਼ਨ ਦਾ ਕੋਈ ਇੱਕ ਰੂਮ ਲੈ ਲਓ, ਯੂਜੁਅਲੀ ਆਪਣੇ ਘਰਾਂ ਦੇ ਵਿੱਚ ਇੰਨੇ ਰੂਮ ਹੁੰਦੇ ਆ ਇਸ ਸਾਈਜ਼ ਦੇ, ਜਾਂ ਕਲਾਸਰੂਮ ਜਿੱਦੇ ਹੁੰਦੇ ਆ, ਉਹਨਾਂ ਨੂੰ ਉਸ ਰੂਮ ਨੂੰ 30 ਮਿੰਟਸ ਦੇ ਵਿੱਚ ਆਟੋਮੈਟਿਕਲੀ ਕਲੀਨ ਕਰ ਦੇਗਾ। ਤੁਹਾਡੇ ਬੈਡਸ ਦੇ ਅੰਦਰ ਜਾ ਕੇ, ਤੁਹਾਡੇ ਚੇਅਰਸ ਦੇ ਅੰਡਰ ਜਾ ਕੇ ਆਟੋਮੈਟਿਕਲੀ ਇਹਨੂੰ ਕਲੀਨ ਕਰਕੇ ਵਾਪਸ ਆ ਜਾਏਗਾ। ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈਗੇ, ਬਟ ਰਿਸਰਚ ਕੀਤੀ ਗਈ ਇਹਨਾਂ 'ਤੇ, ਡਿਵੈਲਪ ਕੀਤੇ ਗਏ ਆ ਉਹ ਪ੍ਰੋਡਕਟ। ਵਰਟੀਕਲੀ ਯੂਵੀ ਲਾਈਟਸ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ, ਜਿਹਦੇ ਵਿੱਚ ਸਭ ਤੋਂ ਮੇਜਰ ਡਰੋਬੈਕ ਇਹ ਹੈਗਾ ਕਿ ਉਹਦੇ 'ਤੇ ਜ਼ਿਆਦਾ ਰਿਸਕ ਇਹ ਹੈਗਾ ਕਿ ਯੂਵੀ ਸਕਿਨ 'ਤੇ ਐਕਸਪੋਜ਼ ਜ਼ਿਆਦਾ ਹੋ ਸਕਦੀ ਹੈ, ਚਾਂਸਿਸ ਜ਼ਿਆਦਾ ਹੈਗੇ ਨੇ, ਅਤੇ ਉਹਨੂੰ ਆਪਾਂ ਘਰਾਂ ਦੇ ਵਿੱਚ ਜਾਂ ਹੋਸਪਿਟਲਸ ਦੇ ਵਿੱਚ ਯੂਜ਼ ਨਹੀਂ ਕਰ ਸਕਦੇ। ਅਤੇ ਇਸ ਇਹੋ ਜਿਹੀ ਇਨਵੈਂਸ਼ਨ ਫਲੋਰ ਕਲੀਨਿੰਗ ਵਾਸਤੇ ਜਾਂ ਬੇਸ ਦੇ ਵਿੱਚ ਯੂਵੀ ਲਾਈਟਸ ਦੇ ਥਰੂ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਐਗਜਿਸਟ ਨਹੀਂ ਕਰਦੀ। ਅਸੀਂ ਪਲਾਨ ਕਰ ਰਹੇ ਹਾਂ ਪੇਟੈਂਟ ਦਾ, ਅਸੀਂ ਐਪਲੀਕੇਸ਼ਨ ਆਲਰੇਡੀ ਫਾਈਲ ਕਰ ਦਿੱਤੀ ਹੈ ਪੇਟੈਂਟ ਦੀ। ਹੋਪ ਕਰਦੇ ਹਾਂ ਕਿ ਅਸੀਂ ਇਸ ਟੈਕਨੋਲੋਜੀ ਨੂੰ ਲਾਈਕ ਔਨ ਕਰਕੇ ਹੋਰ ਇਹੋ ਜਿਹੀ ਚੀਜ਼ਾਂ ਡਿਵੈਲਪ ਕਰੀਏ। ਇਸ ਰੋਬੋਟ ਨੂੰ ਬਣਾਉਣ ਵਿੱਚ ਕਈ ਦਿਨ ਲੱਗੇ, ਇਸ ਨੂੰ ਮੋਬਾਈਲ ਨਾਲ ਵੀ ਜੋੜਿਆ ਜਾ ਸਕਦਾ ਹੈ ਅਤੇ ਰੋਬੋਟ ਨੂੰ ਪੇਟੈਂਟ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ।
ਨਿਊਜ਼ ਡੈਸਕ ਤੋਂ ਸ਼ਿਖਾ ਪੰਡੇ ਦੇ ਨਾਲ ਬਿਊਰੋ ਰਿਪੋਰਟ ਵੌਇਸ ਆਫ ਪੰਜਾਬ ਫਿਰੋਜ਼ਪੁਰ।